ਦੋਸਤ ਦਵਿੰਦਰ ਕੁਮਾਰ ਦੇ ਪਿਤਾ ਜੀ ਜਾਣੇ ਸਾਡੇ ਸਤਿਕਾਰਯੋਗ ਬਾਊ ਜੀ ਸ਼੍ਰੀ ਕੇਵਲ ਕ੍ਰਿਸ਼ਨ ਭਿੰਡਰ, ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ 40 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਰੇਲਵੇ ਵਰਕਸ਼ਾਪ 'ਚੋਂ ਰਿਟਾਇਰ ਹੋਏ ਸਨ। ਉਹਨਾਂ ਨੇ ਕਵਿਤਾ ਲਿਖਣ ਦਾ ਇੱਕ ਬਹੁਤ ਸੋਹਣਾ ਸ਼ੌਕ ਪਾਲਿਆ। ਆਓ ਅੱਜ ਤੁਹਾਨੂੰ ਉਹਨਾਂ ਦੀਆਂ ਕਵਿਤਾਵਾਂ ਨਾਲ ਰੂਬਰੂ ਕਰਾਈਏ। ਜਿਨ੍ਹਾਂ ਦੋਸਤਾਂ ਨੇ ਹੁਣ ਤੱਕ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਅਤੇ ਪੋਸਟ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ। ਧੰਨਵਾਦ। सपने में एक दिन मैं बड़बड़ा रहा था, कही आशा 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 जा रहा था। मेरे मन की आशा घर पे आई, मुझे देखकर वो हंसी मुस्कुराई। मैंने भी कहा आओ आशा जी आओ, मेरे घर में भी हंसी खुशी लाओ। बदल कर स्वर्ग को पलटा उसने पाशा, तुमने कैसे जाना मेरा नाम आशा। मैंने कहा मैं तो कृष्ण हूँ और हूँ अंतर्यामी, मैं इसका पति हूँ और तुम्हारा स्वामी। इतने में मेरी बीवी जो पास ही पड़ी थी, सुन के बड़बड़ाहट वो उठ खड़ी थी। जगाकर मुझसे पूछा ये आशा कौन है। मैं कहा अब दूसरे के मुँह से बोलती है, खुद रहती मौन है। भगा दो इसको मन से, तुम्हें कह रही हूँ, बड़ी देर से मैं ये सब सह रही हूँ। मन की आशा ने कहा केवल मैं क्या मैं जाऊँ। मैंने कहा नहीं आशा, तुमने नहीं जाना, क्योंकि मेरी बीवी ने तुम्हें नहीं पहचाना। तुम तो किरण हो मेरी खुशियों की आशा, देखनी पड़ रही है बस तुमको निराशा। पर फिर किसी दिन रूप बदल कर तू आना, या कोई कविता या कोई गाना, नए नए जुमले सजा के तू लाना, और मेरी बीवी को सब कुछ बताना कि तुम मेरी क्या हो, कि तुम मेरी क्या हो। मैं आशा जिसको कहता हूँ है कविता मेरी, आ सकती है मन में कभी भी, क्योंकि ये तो बस एक रचना है मेरी, क्योंकि ये तो बस एक रचना है मेरी। हर तरह नाल बंदा पैसे इकट्ठे करता कि दुनिया च मेरा ना हो। बहुत धन वेख के फू फू करता ਜਿੱਦਾਂ ਆਫਰੀ ਹੋਈ ਕੋਈ ਗਾਂ ਹੋਵੇ। ਫਿਰ ਵਿਸ਼ੇ ਵਿਕਾਰਾਂ ਵਿੱਚ ਉੱਡ ਜਾਂਦੀ ਜਿਵੇਂ ਬਨੇਰੇ ਤੋਂ ਉੱਡਿਆ ਕਾਂ ਹੋਵੇ। ਵੇਖ ਖਾਲੀ ਜੇਬਾਂ ਫਿਰ ਇੰਜ ਰੋਂਦਾ ਜਿੱਦਾਂ ਹੁਣੇ ਹੁਣੇ ਮਰੀ ਹੋਈ ਮਾਂ ਹੋਵੇ। ਬਿਮਾਰੀ ਲੱਗੀ ਜਿਹੜੀ ਮੈਨੂੰ, ਵੈਦ ਨਾ ਹਕੀਮ ਜਾਣਨ, ਡਾਕਟਰ ਵੀ ਲਾ ਲੈਣ ਜ਼ੋਰ, ਮੈਂ ਨਹੀਂ ਬਚ ਪਾਉਣਾ ਏ। ਮਰਨ ਬਾਅਦ ਮੇਰੇ ਬੜੇ ਹੌਸਲੇ ਨਾਲ ਤੂੰ ਮੰਨੀ, ਵਰਤ ਜਾਣਾ ਵੀਰਾਂ ਤੇਰੇ ਨਾਲ ਜੋ ਪਾਉਣਾ ਏ। ਮਨ ਵਿੱਚ ਉੱਠਦੇ ਸੀ ਵਲਵਲੇ ਮੈਂ ਲਿਖ ਦਿੱਤੇ, ਨਾ ਇਹ ਕੋਈ ਕਵਿਤਾ ਅਤੇ ਨਾ ਹੀ ਕੋਈ ਗਾਣਾ ਏ। ਕੇਵਲ ਨਾਲ ਕਰ ਲੈ ਤੂੰ ਸਾਂਝੀਆਂ ਦੋ ਚਾਰ ਗੱਲਾਂ, ਹੁਣ ਇਹਨੇ ਤੇਥੋਂ ਬੜੀ ਦੂਰ ਚਲੇ ਜਾਣਾ ਏ। ਜਾਣਦੇ ਨੇ ਸਾਰੇ ਮੈਂ ਗਰੀਬੀ ਕੱਟੀ ਉਮਰ ਭਰ, ਵੱਡਾ ਕਰ ਮੈਨੂੰ ਐਵੇਂ ਗੱਲਾਂ ਨਾ ਕਰਾਉਣਾ ਏ। ਬੇਈਮਾਨੀ ਨਾਲ ਜਿਹੜੇ ਤੁਹਾਨੂੰ ਇਕੱਠਾ ਕਰਨ, ਉਹਨਾਂ ਹੀ ਆਪਣੇ ਬਾਪ ਤਾਂ ਹੀ ਵੱਡਾ ਬਦਲਾਉਣਾ ਏ। ਗੁਰੂ ਮੇਰੇ ਦੱਸੀ ਸੀ ਜੋ ਜੁਗਤੀ ਨਿਭਾਈ ਮੈਂ, ਚੱਕਰ ਜੰਮਣ ਮਰਨ ਵਾਲਾ ਹੋਰ ਨਹੀਂ ਲਾਉਣਾ ਏ। ਟੁੱਟ ਜਾਣੀ ਸਾਂਝ ਇਸ ਜੱਗ ਨਾਲੋਂ ਸਦਾ ਲਈ, ਕਿਉਂਕਿ ਜਹਾਨ ਉੱਤੇ ਫੇਰ ਨਹੀਂ ਆਉਣਾ ਏ। ਮੇਰੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕਹਿਣਾ, ਗਲਤੀਆਂ ਨੂੰ ਮਾਫ਼ ਕਰਨ, ਜਾਂਦੀ ਵਾਰੀ ਆਹ ਗਿਆ ਕੇਵਲ ਨਿਮਾਣਾ ਏ। ਜਾਂਦੀ ਵਾਰੀ ਆਹ ਗਿਆ ਕੇਵਲ ਨਿਮਾਣਾ ਏ।